ਵਿਆਹ ਵਿੱਚ ਕੁੜੀ ਦਾ ਭਰਾ ਕਰਨ ਲੱਗਿਆ ਆਹ ਕੰਮ ਬਰਾਤੀ ਦੇਖ ਕੇ ਕਹਿੰਦੇ ਕਿਵੇਂ ਜਨਾਨੀਆਂ ਵਾਲੇ ਲੱਛਣ ਕਰਦਾ ਏ। ਦੋਸਤੋ ਅਕਸਰ ਹੀ ਜਦੋਂ ਭੈਣਾਂ ਦੇ ਵਿਆਹ ਹੁੰਦੇ ਨੇ ਤਾਂ ਭਰਾ ਬਹੁਤ ਹੀ ਭਾਵੁਕ ਹੋ ਜਾਂਦੇ ਨੇ, ਪਰ ਹੁਣ ਭੈਣ ਦੇ ਵਿਆਹ ਵਿੱਚ ਇੱਕ ਭਰਾ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਵੀਂ ਵਿਆਹੀ ਜੋੜੀ ਦੇ ਸਾਹਮਣੇ ਇੱਕ ਮੁੰਡਾ ਨੱਚਦਾ ਦਿਖਾਈ ਦੇ ਰਿਹਾ ਏ। ਦਰਅਸਲ ਇਹ ਮੁੰਡਾ ਇਸ ਵਿਆਹ ਵਾਲੀ ਕੁੜੀ ਦਾ ਹੀ ਭਰਾ ਏ ਅਤੇ ਸ਼ਗਨਾਂ ਤੋਂ ਬਾਅਦ ਇਹ ਮੁੰਡਾ ਆਪਣੀ ਭੈਣ ਅਤੇ ਜੀਜੇ ਲਈ ਡਾਂਸ ਕਰਦਾ ਏ, ਪਰ ਇਹ ਮੁੰਡਾ ਡਾਂਸ ਬਿਲਕੁਲ ਹੀ ਕੁੜੀਆਂ ਵਾਂਗ ਕਰਦਾ ਹੈ ਅਤੇ ਵੱਖਰੇ ਹੀ ਸਟੈਪ ਕਰਦਾ ਏ, ਅਤੇ ਇਸ ਦੇ ਡਾਂਸ ਨੂੰ ਦੇਖ ਕੇ ਸਾਹਮਣੇ ਬੈਠੇ ਬਰਾਤੀ ਕਹਿੰਦੇ ਨੇ ਕਿ ਦੇਖੋ ਕਿਵੇਂ ਜਨਾਨੀਆਂ ਵਾਲੇ ਲੱਛਣ ਕਰਦਾ ਏ, ਕਿਵੇਂ ਆਪਣਾ ਅਤੇ ਆਪਣੇ ਪਰਿਵਾਰ ਦਾ ਜਲੂਸ ਕੱਢ ਰਿਹਾ ਏ। ਭਰਾਵਾ ਹੱਥ ਬੰਨ ਕੇ ਬੇਨਤੀ ਆ ਕੇ ਟੇਕ ਕੇ ਬੈਠ ਜਾ, ਸਾਨੂੰ ਸ਼ਗਨ ਪਾ ਲੈਣ ਦੇ, ਕਿਉਂ ਟਾਈਮ ਖਰਾਬ ਕਰਨ ਲੱਗਿਆ ਏ। ਸੋ ਕੀ ਬਰਾਤੀਆਂ ਦਾ ਇਸ ਤਰ੍ਹਾਂ ਕਰਨਾ ਠੀਕ ਸੀ? ਵੈਸੇ ਸਾਨੂੰ ਤਾਂ ਇਸ ਮੁੰਡੇ ਦੇ ਡਾਂਸ ਵਿੱਚ ਕੋਈ ਖਰਾਬੀ ਨਹੀਂ ਲੱਗ ਰਹੀ, ਪਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।